ਇੰਗਲਿਸ਼ ਜਿਹੜੇ ਕਿ ਲਿਖੀਆਂ ਵਿਸ਼ੇਸ ਲਿਖੀਆਂ ਹੋਈਆਂ ਆ, ਜਿਵੇਂ ਕਿ ਉਹ ਦੇਖੋ ਉੱਪਰ ਲਿਖਿਆ ਕਿ ਸੁਖਮਨੀ ਫੌਜ ਵਿੱਚ ਭਰਤੀ ਹੋ ਜਾਵੇ, ਹੀ ਗੋਡ ਮੈਂ ਬਾਹਰ ਚਲੇ ਜਾਵਾਂ, ਕੈਨੇਡਾ, ਇਟਲੀ। ਤੇ ਜੈ ਮਾਤਾ ਦੀ ਭਗਤੋ ਸਾਰਿਆਂ ਨੂੰ। ਤੇ ਆਏ ਮਾਤਾ ਦਾ ਇੱਕ ਬਹੁਤ ਵੱਡੀ ਖਾਸੀਅਤ ਇਹ ਹੈ ਕਿ ਇੱਥੇ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਸਾਰਿਆਂ ਨੂੰ, ਤੇ ਆਈ ਹੋਪ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਆਪਾਂ ਵੀ ਸਭ ਵਧੀਆ ਠੀਕ ਠਾਕ। ਤੇ ਅੱਜ ਕਿੱਥੇ ਚੱਲੇ ਅਸੀਂ ਦਰਸ਼ਨ ਕਰਵਾਉਣ? ਅੱਜ ਤੁਹਾਨੂੰ ਲੈ ਕੇ ਚੱਲੇ ਹਾਂ ਰਾਜਨੀ ਮਾਤਾ ਦੇ ਦਰਸ਼ਨ ਕਰਾਉਣ ਜੀ। ਤੇ ਅੱਜ ਅਸੀਂ ਚੱਲੇ ਹਾਂ ਰਾਜਨੀ ਮਾਤਾ ਦੇ, ਤੁਹਾਨੂੰ ਦਰਸ਼ਨ ਕਰਵਾਵਾਂਗੇ। ਤੁਸੀਂ ਦੇਖ ਹੀ ਚੁੱਕੇ ਹੋਵੋਗੇ। ਹਾਂਜੀ, ਤੇ ਇਹ ਜਿਹੜਾ ਰਾਜਨੀ ਮਾਤਾ ਦਾ ਮੰਦਿਰ ਆ, ਇਹ ਪੈਂਦਾ ਕੁਛ ਚੱਬੇਵਾਲ ਦੇ ਲਾਗੇ। ਚੱਬੇਵਾਲ ਦੇ ਲਾਗੇ ਪੈਂਦਾ ਵਾ। ਤੇ ਅਸੀਂ ਫਸਟ ਟਾਈਮ ਚੱਲੇ ਆ। ਬਿਲਕੁਲ ਜੀ। ਤੇ ਬਹੁਤ ਸਾਰੀਆਂ ਚਰਚਾਵਾਂ ਸੁਣੀਆਂ ਸੀ ਇਸ ਮੰਦਿਰ ਬਾਰੇ, ਤੇ ਬਹੁਤ ਸਾਰੇ ਗੌਸਿਪ ਮਤਲਬ ਗੱਲਾਂ ਬਾਤਾਂ ਸੁਣੀਆਂ ਸੀ, ਚਮਤਕਾਰ ਸੁਣੇ ਆ। ਤੇ ਫਸਟ ਟਾਈਮ ਚੱਲੇ ਆ ਅਸੀਂ ਵੀ, ਤੇ ਚਲੋ ਚੱਲਦੇ ਆ ਨਾਲ। ਉੱਥੇ ਜਾ ਕੇ ਬਹੁਤ ਹੀ ਮਤਲਬ ਪ੍ਰਾਚੀਨ ਮੰਦਿਰ ਆ ਜੀ, ਉਹ ਰਾਜਨੀ ਮਾਤਾ ਦਾ ਮੰਦਿਰ। ਤੇ ਜਾ ਕੇ ਦੱਸਾਂਗੇ ਜੀ ਸਪੈਸ਼ਲ ਕਿਸ ਚੀਜ਼ ਲਈ ਸਪੈਸ਼ਲ ਹੈਗਾ ਇਹ ਮੰਦਿਰ। ਇਹ ਜਾਣਨ ਵਾਸਤੇ ਤੁਹਾਨੂੰ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਪੈਣਾ ਵਾ। ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੇ ਚੈਨਲ ਤੇ ਨਵੇਂ ਆ, ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਚਲੋ ਠੀਕ ਆ, ਜਾ ਕੇ ਮਿਲਦੇ ਜਾ ਕੇ ਮਿਲਦੇ ਆ ਤੁਹਾਨੂੰ ਉੱਥੇ। ਤੇ ਹੁਣ ਅਸੀਂ ਚੰਡੀਗੜ੍ਹ ਰੋਡ ਤੇ ਆ। ਹੁਸ਼ਿਆਰਪੁਰ ਚੰਡੀਗੜ੍ਹ ਰੋਡ ਜਿਹੜਾ ਪੈ ਰਿਹਾ ਆਪਾਂ ਉੱਥੇ ਆ। ਇਹ ਬਿਲਕੁਲ ਚੱਬੇਵਾਲ ਆ, ਚੱਬੇਵਾਲ ਤੋਂ ਉਰੇ ਲਾਗੇ ਪੈ ਜਾਂਦਾ ਜੀ ਇਹ। ਤੇ ਬਾਕੀ ਤੁਹਾਨੂੰ ਉੱਥੋਂ ਰਸਤਾ ਤੁਹਾਨੂੰ ਦਿਖਾ ਦਿੰਦੇ ਆ ਜੀ। ਤੇ ਇਧਰ ਆਪਾਂ ਹੁਣ ਹੁਸ਼ਿਆਰਪੁਰ ਵੱਲੋਂ ਜਾਂਦੇ ਪਏ ਆ। ਤੇ ਅਸੀਂ ਫਾਈਨਲੀ ਹੁਣ ਪੁੱਜ ਗਏ ਆ ਚੱਬੇਵਾਲ। ਤੇ ਚੱਬੇਵਾਲ ਤੋਂ ਕੁਝ 4-4.5 ਕਿਲੋਮੀਟਰ ਅੱਗੇ ਆ ਰਾਜਨੀ ਮਾਤਾ ਮੰਦਿਰ, ਤੇ ਹੁਸ਼ਿਆਰਪੁਰ ਤੋਂ ਬਿਲਕੁਲ ਲੱਗੇ ਚੱਬੇਵਾਲ। ਤਕਰੀਬਨ ਆਪਾਂ ਜੇ ਦੇਖਿਆ ਜਾਵੇ ਆਈ ਥਿੰਕ 10 ਕਿਲੋਮੀਟਰ ਮਸੀਂ ਹੋਊਗਾ, 10 ਕਿਲੋਮੀਟਰ ਹੋ ਸਕਦਾ, ਬਹੁਤ ਬਹੁਤ ਜ਼ਿਆਦਾ ਨਹੀਂ। ਤੇ ਚਲੋ ਹੁਣ ਤੁਹਾਨੂੰ ਕਰਾਉਂਦੇ ਹਾਂ ਜੀ ਮਾਤਾ ਰਾਣੀ ਦੇ ਦਰਸ਼ਨ। ਤੇ ਚਲੋ ਇੱਦਾਂ ਵੀਡੀਓ ਨਾਲ ਬਣੇ ਰਹੋ ਜੀ। ਓਕੇ ਠੀਕ ਆ। ਤੇ ਅਸੀਂ ਹੁਣ ਇੱਥੋਂ ਮੁੜਨ ਲੱਗੇ ਹਾਂ। ਤੇ ਲੋ ਜੀ ਪਿੰਡ ਜਿਆਣ, ਪਿੰਡ ਜਿਆਣ ਪਿੰਡ ਆ ਜੀ। ਹਾਂਜੀ, ਐਨ ਮੁੜਨਾ ਇੱਧਰ ਹੀ ਹੈ ਜੀ ਰਾਜਨੀ ਮਾਤਾ ਦਾ ਮੰਦਿਰ। ਤੇ ਚਲੋ ਚੱਲਦੇ ਹਾਂ। ਚਲੋ ਚੱਲਦੇ ਹਾਂ ਜੀ, ਅੱਗੇ ਤੁਹਾਨੂੰ ਦਿਖਾਉਂਦੇ ਹਾਂ। ਤੇ ਅੱਗੇ ਦੇਖੋ ਕਿੰਨੇ ਗੁਰਦੁਆਰਾ ਸਾਹਿਬ ਜੀ ਦੇ, ਦੇਖੋ ਤੁਹਾਨੂੰ ਦਰਸ਼ਨ ਕਰਨ ਨੂੰ ਮਿਲੂ ਜੀ ਐਂਟਰੀ ਕਰਦੇ ਸਾਰ ਇੱਧਰ ਨੂੰ। ਤੇ ਗੁਰਦੁਆਰਾ ਅੰਗੀਠਾ ਸਾਹਿਬ ਆ ਇੱਧਰ ਇਸ ਪਾਸੇ ਮੋੜ ਮੁੜਦੇ ਹੀ ਗੁਰਦੁਆਰਾ ਸਾਹਿਬ। ਤੇ ਗੁਰਦੁਆਰਾ ਆ ਜਿਹੜਾ ਕਿ ਜਾਣ ਜਦ ਅਸੀਂ ਮੋੜ ਮੁੜਦੇ ਆ ਤੁਹਾਨੂੰ ਮਤਲਬ ਬਿਲਕੁਲ ਨਾਲ ਹੀ ਦਿਖਾਈ ਦਿੰਦਾ ਆ, ਐਂਟਰੀ ਦੇ ਵਿੱਚ ਹੀ ਹੈ ਗੁਰਦੁਆਰਾ ਸਾਹਿਬ। ਤੇ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਤੇ ਜੀ। ਚਲੋ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜੀ। ਤੇ ਅੱਜ ਤੁਹਾਨੂੰ ਪਹਿਲਾਂ ਮਾਤਾ ਰਾਣੀ ਦਰਸ਼ਨ ਕਰਾਉਣੇ ਆ ਜੀ, ਫਿਰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਜ਼ਰੂਰ ਕਰਾਵਾਂਗੇ। ਤੇ ਦੱਸੇ ਕਹਿੰਦਾ ਵੀਡੀਓ ਹਿਲਦੀ ਹੈ ਕਿਉਂਕਿ ਉਹ ਥੋੜਾ ਰਸਤਾ ਇਦਾਂ ਆ ਤਾਂ ਕਰਕੇ। ਹਾਂ ਹਾਂ, ਟੁੱਟ ਭਜਾੜਾ ਰਸਤਾ ਜੀ। ਤੇ ਉੱਥੇ ਬੋਰਡ ਦੇ ਉੱਤੇ ਲਿਖਿਆ ਆ ਰਾਜਨੀ ਮਾਤਾ ਮੰਦਿਰ, ਬਿਲਕੁਲ 1 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ। ਹਾਂਜੀ, ਚਲੋ ਅੱਗੇ ਚੱਲਦੇ ਆ। ਤੇ ਚਲੋ ਹੁਣ ਚੱਲਦੇ, ਸਿੱਧਾ ਹੀ ਜਾਣਾ ਜੀ, ਬਸ ਟਰਨ ਨਹੀਂ ਕਰਨਾ ਸੀ ਕਿਤੇ ਵੀ। ਟਰਨ ਨਹੀਂ ਕਿਤੇ ਨਹੀਂ ਕਰਨਾ, ਬਿਲਕੁਲ ਸਿੱਧਾ ਹੀ ਜਾਣਾ ਆਪਾਂ, ਜਿੱਦੇ ਇੱਥੇ ਰੋਡ ਤੋਂ ਸਿੱਧਾ ਕ੍ਰੋਸ ਕੀਤਾ ਸਿੱਧਾ ਹੀ ਆਈ ਜਾਣਾ ਬਸ। ਤੇ ਇੱਥੇ ਚੌਰਾਹੇ ਮਤਲਬ 4 ਰਸਤੇ ਦੇਖ ਲਓ ਚੌਰਾਹੇ ਤੋਂ, ਤੇ ਬੋਰਡ ਲੱਗਾ ਹੋਇਆ ਆ ਵੀ ਤੁਸੀਂ ਇਸ ਡਾਇਰੈਕਸ਼ਨ ਨੂੰ ਮੁੜਨਾ ਆ, ਉਹ ਦੇਖੋ ਬੋਰਡ। ਤੇ ਬਿਲਕੁਲ ਆਪਣੇ ਖੱਬੇ ਹੱਥ ਮੁੜਨਾ ਤੁਸੀਂ। ਯੈਸ, ਤੇ ਅਸੀਂ ਇਧਰੋਂ ਆਏ ਚੌਰਸਤੇ ਤੋਂ, ਬਿਲਕੁਲ ਅਸੀਂ ਖੱਬੇ ਹੱਥ ਮੁੜ ਕੇ ਸਿੱਧੇ ਚੱਲਦੇ ਰਹਿਣਾ।
ਚਲੋ ਜੀ ਰਾਜਨੀ ਮਾਤਾ ਮੰਦਿਰ ਆ, ਬਿਲਕੁਲ ਏਦਾਂ ਮੋੜ ਕੱਟ ਦੇਣਾ ਵਾ, ਰਸਤੇ ਬੜੇ ਆ। ਹਾਂਜੀ ਤੇ ਨਾਲ ਹੀ ਬਿਲਕੁਲ ਆ ਜਿਹੜਾ ਬੋਰਡ ਆ, ਬੋਰਡ ਦੀ ਨਿਸ਼ਾਨੀ ਲੈ ਕੇ ਨਾਲ ਹੀ ਘੁੰਮ ਜਾਣਾ ਬੋਰਡ ਦੀ ਸੇਧ ਨਾਲ। ਚਲੋ ਜੀ ਆ ਗਿਆ ਮੰਦਿਰ ਮਾਤਾ ਰਾਣੀ ਦਾ, ਤੇ ਚਲੋ ਥੋੜਾ ਹੋਰ ਅੱਗੇ ਚੱਲਦੇ ਆ ਜੀ, ਤੇ ਗੱਡੀ ਆਪਾਂ ਪਾਰਕ ਲਾਉਂਦੇ ਆ। ਲਓ ਜੀ ਤੇ ਮਾਤਾ ਦੀਆਂ ਚੁੰਨੀਆਂ ਲਾਲ ਲਾਲ, ਤੇ ਚਲੋ ਗੱਡੀ ਲਾ ਲਈਏ ਪਾਰਕ ਚ, ਤੇ ਆਈ ਥਿੰਕ ਪਾਰਕਿੰਗ ਦੇ ਚਾਰਜਸ ਦਾ ਤੇ ਦੇਖਦੇ ਕਿੰਨੇ ਆ। ਤੇ ਲਓ ਜੀ ਮਾਤਾ ਰਾਣੀ ਦਾ ਲੈਣ ਲੱਗੇ ਆਪਾਂ ਪ੍ਰਸ਼ਾਦ, ਤੇ ਆਹ ਹੈਗਾ ਮੰਦਿਰ ਮਾਤਾ ਰਾਣੀ ਦਾ, ਤੁਹਾਨੂੰ ਦਿਖਾਉਂਦੇ ਅੱਗੇ ਜਾ ਕੇ। ਤੇ ਲਓ ਜੀ ਦੇਖੋ ਮਾਤਾ ਰਾਣੀ ਦਾ ਦਰਬਾਰ ਦੇ ਉੱਤੇ ਲੱਗੀਆਂ ਦੁਕਾਨਾਂ ਲੱਗੀਆਂ ਹੋਈਆਂ, ਪ੍ਰਸ਼ਾਦ ਲੱਗਾ ਹੋਇਆ, ਪਾਰਕਿੰਗ ਦੇ ਬਸ ਕੋਈ ਪੈਸੇ ਨਹੀਂ ਹੈ, ਤੇ ਸਿਰਫ ਉਹਨਾਂ ਪ੍ਰਸ਼ਾਦ ਵਾਸਤੇ ਉਹਨਾਂ ਨੇ ਮਤਲਬ ਗੱਡੀ ਲਗਾਈ ਸੀ ਕਿ ਇੱਥੋਂ ਪ੍ਰਸ਼ਾਦ ਲੈਣਾ ਤੇ ਗੱਡੀ ਲਾ ਲੈਣ, ਜਿੱਦਾਂ ਆਪਾਂ ਚਿੰਤਪੁਰਨੀ ਜਾਂਦੇ ਹਾਂ ਉਹ ਹਿਸਾਬ। ਚਲੋ ਜੀ ਚਲੋ ਜੀ ਭਗਤ ਮਾਤਾ ਰਾਣੀ ਦਾ ਮੰਦਿਰ ਦੇਖੋ ਜੀ। ਚਲੋ ਜੀ ਮਾਤਾ ਰਾਣੀ ਦਰਬਾਰ ਦੇਖੋ, ਦਰਬਾਰ ਉਹ ਕਿੰਨਾ ਜ਼ਿਆਦਾ ਸੋਹਣਾ ਦਰਬਾਰ ਹੈ। ਚਲੋ ਜੀ ਮਾਤਾ ਰਾਣੀ ਦੇ ਕਰੋ ਦਰਸ਼ਨ, ਜੈ ਮਾਤਾ ਰਾਣੀ, ਜੈ ਜੈ ਮਾਤਾ ਕਿਰਪਾ ਕਰੋ ਸਰ। ਚਲੋ ਤੇ ਜੈ ਮਾਤਾ ਦੀ ਭਗਤੋ ਸਾਰਿਆਂ ਨੂੰ। ਤੇ ਆਏ ਮਾਤਾ ਦਾ ਇੱਕ ਬਹੁਤ ਵੱਡੀ ਖਾਸੀਅਤ ਇਹ ਹੈ ਕਿ ਇੱਥੇ ਮਾਤਾ ਦੇ ਚਮੜੀ ਦੇ ਰੋਗਾਂ ਦਾ ਇਲਾਜ ਹੁੰਦਾ ਵਾ। ਮਾਤਾ ਸ਼ੀਤਲ ਸ਼ੀਤਲਾ ਮਾਤਾ ਦਾ ਕੀ ਬਾਲ ਤੁਸੀਂ ਦੇਖ ਸਕਦੇ ਆ, ਜਿੱਦਾਂ ਬਹੁਤ ਸਾਰੇ ਚੀਜ਼ਾਂ ਉੱਤੇ ਲਿਖੀਆਂ ਆ ਪੰਜਾਬੀ 'ਚ, ਇੰਗਲਿਸ਼ 'ਚ, ਹਿੰਦੀ 'ਚ, ਅਤੇ ਇਹਦੇ ਉੱਤੇ ਮੇਨਲੀ ਜਿਹੜੇ ਕਿ ਲਿਖੀਆਂ ਵਿਸ਼ੇਸ ਲਿਖੀਆਂ ਹੋਈਆਂ ਆ, ਜਿਵੇਂ ਕਿ ਉਹਦੇ ਕੁੱਖ ਲਿਖਿਆ ਕਿ ਸੁਖਮਨੀ ਫੌਜ ਵਿੱਚ ਭਰਤੀ ਹੋ ਜਾਵੇ, ਹੀ ਗੋਡ ਮੈਂ ਬਾਹਰ ਸੱਦੇ ਜਾਵਾਂ, ਕੈਨੇਡਾ, ਇਟਲੀ, ਵੱਖਰੀਆਂ ਵਾਲ ਆਫ ਵਿਸ਼ੇਸ ਕਹਿ ਸਕਦੇ ਅਸੀਂ ਇਹਨੂੰ। ਚਲੋ ਇੱਧਰ ਚੱਲਦੇ ਲੰਗਰ ਹਾਲ, ਚੱਲ ਲੰਗਰ ਹਾਲ ਕਰਤਾ। ਤੇ ਸੰਗਤੋ ਦੇਖੋ ਅੱਗੇ ਨਾ ਸੱਤ ਸ਼ਿਵਲਿੰਗ ਇੱਥੇ ਵਿਰਾਜਮਾਨ ਆ, ਤੁਸੀਂ ਦੇਖੋ ਤੇ ਕਰੋ ਦਰਸ਼ਨ। ਤੇ ਲਓ ਜੀ ਅਸੀਂ ਦਰਸ਼ਨ ਕਰ ਲਏ ਆ, ਤੇ ਨਾਲ ਤੁਹਾਨੂੰ ਵੀ ਆਈ ਹੋਪ ਦਰਸ਼ਨ ਕਰਵਾ ਦਿੱਤੇ ਆ, ਤੇ ਤਕਰੀਬਨ ਸਾਨੂੰ 15-20 ਮਿੰਟ ਲੱਗੇ ਮੱਥਾ ਟੇਕਣ ਨੂੰ, ਤੇ ਕਿਉਂਕਿ ਰਸ਼ ਨਹੀਂ ਸੀਗਾ ਬਿਲਕੁਲ ਵੀ। ਤੇ ਮੇਨਲੀ ਜਿਹੜਾ ਕਿ ਜੇਠੇ ਮੰਗਲਵਾਰ ਇੱਥੇ ਮੇਲਾ ਹੁੰਦਾ, ਭੰਡਾਰਾ ਹੁੰਦਾ, ਹਰ ਜੇਠੇ ਮੰਗਲਵਾਰ ਭੰਡਾਰਾ ਹੁੰਦਾ ਆ, ਤੇ
ਮੇਨਲੀ ਉਦੋਂ ਜ਼ਿਆਦਾ ਸੰਗਤ ਹੁੰਦੀ ਹੈ, ਤੇ ਇਸ ਕਰਕੇ ਅੱਜ ਵੀਰਵਾਰ ਸੀਗਾ ਤੇ ਅਸੀਂ ਮੱਥਾ ਟੇਕਣ ਆਏ, ਅੱਜ ਸੰਗਤ ਦਾ ਰਸ਼ ਨਹੀਂ ਸੀਗਾ ਬਿਲਕੁਲ ਵੀ। ਤੇ ਇੱਕ ਜੀ ਜ਼ਰੂਰ ਇਸ ਮੰਦਿਰ ਦੀ ਖਾਸੀਅਤ ਪਤਾ ਕੀ ਆ? ਇਹ ਖਾਸੀਅਤ ਇਹ ਹੈ ਕਿ ਇੱਥੇ ਚਮੜੀ ਦੇ ਰੋਗਾਂ ਦੇ ਕੁਛ ਵੀ ਹੈਗਾ, ਆਪਣੇ ਕਿਸ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋ ਚਮੜੀ ਦੇ ਰੋਗ ਦੀ, ਇੱਥੇ ਕੋਈ ਆਪਣੀ ਸੁੱਕਣਾ ਸੁੱਕਦਾ ਨਾ ਮਾਤਾ ਰਾਣੀ ਦੇ ਤੇ ਉਹਦੀ ਪੂਰੀ ਹੋ ਜਾਂਦੀ ਹੈ, ਚਮੜੀ ਦਾ ਰੋਗ ਬਿਲਕੁਲ ਹੀ ਕਹਿੰਦੇ ਖਤਮ ਹੋ ਜਾਂਦਾ ਵਾ। ਤੇ ਇਸ ਚਮੜੀ ਦਾ ਕਰੋ ਰੋਗ ਹੋਵੇ, ਇੱਥੇ ਪਾਣੀ ਦੇ ਛਿੱਟੇ ਦਿੱਤੇ ਜਾਂਦੇ ਆ ਜਿਹਦੇ ਨਾਲ ਕਿ ਚਮੜੀ ਦਾ ਰੋਗ ਮੰਨਿਆ ਜਾਂਦਾ ਕਿ ਦੂਰ ਹੋ ਜਾਂਦੇ ਦੂਰ ਆ, ਹੋ ਜਾਂਦਾ। ਔਰ ਕਿਸੇ ਦੇ ਵੀ ਗੁਆਂਢਣੀ ਵਗੈਰਾ ਹੋਵੇ ਜਿਹਨੂੰ ਨਹੀਂ ਫਰਕ ਪੈਂਦਾ ਤੇ ਬਿਲਕੁਲ ਇੱਥੇ ਆ ਕੋਈ ਵੀ ਜਦ ਚਮੜੀ ਦਾ ਕੋਈ ਵੀ ਕਹਿੰਦੇ ਰੋਗ ਹੋਵੇ ਉਹ ਕਹਿੰਦੇ ਬਿਲਕੁਲ ਠੀਕ ਹੋ ਜਾਂਦਾ। ਤੇ ਇੱਕ ਇਹਨਾਂ ਦੀ ਕਹਾਵਤ ਵੀ ਮਤਲਬ ਇੱਕ ਬਹੁਤ ਮਤਲਬ ਪ੍ਰਾਚੀਨ ਇੱਕ ਇਤਿਹਾਸ ਵੀ ਜੁੜਿਆ ਹੋਇਆ ਸਮੁੰਦਰ ਦੇ ਨਾਲ। ਉਹ ਇਤਿਹਾਸ ਇਹ ਜੁੜਿਆ ਕਿ ਇੱਕ ਰਾਜਾ ਸੀ ਜਿਹੜਾ ਕਿ ਮੰਦਿਰ ਦੀ ਸ਼ੁਰੂਆਤ ਹਾਂ ਜਿੱਥੋਂ ਮੰਦਿਰ ਦੀ ਹੋਈ ਆ, ਸ਼ੁਰੂਆਤ ਜਿੱਦਾਂ ਹੋਈ ਆ, ਮਾਤਾ ਰਾਣੀ ਕਿੱਦਾਂ ਇੱਥੇ ਆਏ ਆ। ਤੇ ਉਹ ਇਦਾਂ ਹੋਇਆ ਕਿ ਪ੍ਰਾਚੀਨ ਕਾਲ ਤੋਂ ਨਾ ਇੱਕ ਰਾਜਾ ਸੀ, ਰਾਜਾ ਨਾ ਬਹੁਤ ਹੀ ਮਤਲਬ ਇਸਤਰੀਆਂ ਨਾਲ ਗਲਤ ਮਤਲਬ ਕਰਮ ਕਰਦਾ ਸੀ। ਤੇ ਉਸ ਟਾਈਮ ਜਿਹੜੇ ਮਾਤਾ ਰਾਣੀ ਦਾ ਇੱਥੇ ਜਨਮ ਹੋਇਆ ਤੇ ਉਹਨੇ ਮਾਤਾ ਰਾਣੀ ਦੇ ਨਾਲ ਵੀ ਮਤਲਬ ਜੇ ਕਿਹਾ ਜਾਵੇ ਮਤਲਬ ਦੁਸ਼ਕਰਮ ਕਰਨ ਦੀ ਸੋਚੀ ਸੀ। ਤੇ ਉਹ ਮਾਤਾ ਰਾਣੀ ਨੇ 7 ਦਿਨ ਤੱਕਰ ਬਿਲਕੁਲ ਆਪਣਾ ਇੱਕ ਬਨਵਾਸ ਵਾਂਗੂ ਬਿਤਾਇਆ ਸੀ। ਉਹ ਤੋਂ ਬਾਅਦ ਚ 8ਵੇਂ ਦਿਨ ਉਹਨਾਂ ਨੇ ਸਿੱਧਾ ਰਾਜੇ ਨੇ ਇੰਨੀ ਗੱਲ ਕਹੀ ਸੀ ਕਿ ਜੇ ਤੂੰ ਆਪਣੇ ਦੁਸ਼ਕਰਮ ਨਹੀਂ ਛੱਡੂਗਾ ਤੇ ਤੇਰਾ ਜਿੰਨਾ ਵੀ ਮਹਿਲ ਆ ਸਾਰਾ ਮਿੱਟੀ ਚ ਦੱਬ ਜਾਊਗਾ। ਤੇ ਫਾਈਨਲੀ ਉਹੀ ਚੀਜ਼ ਹੋਈ ਹੈ ਤੇ ਉਹ ਜੋ ਵੀ ਉਹਦਾ ਮਹਿਲ ਸੀ ਸਾਰਾ ਉਹ ਮਿੱਟੀ ਦੱਬ ਗਿਆ ਤੇ ਉੱਥੇ ਮਾਤਾ ਰਾਜਨੀ ਮਾਤਾ ਜੀ ਪ੍ਰਗਟ ਹੋਏ, ਉੱਥੇ ਉਹਨਾਂ ਦਾ ਇਹ ਮੰਦਿਰ ਬਣਿਆ ਹੋਇਆ ਵਾ। ਤੇ ਚਲੋ ਚੱਲਦੇ ਆ ਹੁਣ। ਹਾਂ ਵੀਡੀਓ ਵਧੀਆ ਲੱਗੀ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੇ ਮਿਲਾਂਗੇ ਤੁਹਾਨੂੰ ਇਦਾਂ ਦੀ ਹੋਰ ਇਤਿਹਾਸਿਕ ਜਗ੍ਹਾ ਦਿਖਾਵਾਂਗੇ ਤੇ ਤੁਹਾਨੂੰ ਉੱਥੇ ਲੈ ਕੇ ਜਾਵਾਂਗੇ, ਤੁਹਾਨੂੰ ਦਰਸ਼ਨ ਕਰਾਵਾਂਗੇ। ਚਲੋ ਜੀ ਬਾਏ ਬਾਏ, ਮਿਲਦੇ ਹਾਂ। ਜੈ ਮਾਤਾ ਜੀ ਭਗਤੋ। ਜੈ ਮਾਤਾ ਦੀ।